ਸੰਗਰਾਮੀ ਲੈ ਫੇਸਬੁੱਕ ਪੇਜ ਤੇ ਅੱਜ ਸਾਡੇ ਨਾਲ ਉੱਘੇ ਟ੍ਰੇਡ ਯੂਨੀਅਨ ਆਗੂ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਾ ਜੀ ਜੁੜੇ ਆ। ਸਵਾਗਤ ਜੀ ਤੁਹਾਡਾ। ਬਹੁਤ ਬਹੁਤ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਰਾਮਟ ਜੀ ਇੱਕ ਦੱਸਿਓ ਵੀ ਕੇਂਦਰੀ ਟ੍ਰੇਡ ਯੂਨੀਅਨ ਦੀ ਸਾਂਝੀ ਜਿਹੜੀ ਕਮੇਟੀ ਆ ਉਹਦੇ ਵੱਲੋਂ 22 ਤਰੀਕ ਦਾ ਇੱਕ ਸੱਦਾ ਦਿੱਤਾ ਗਿਆ ਆ ਜਿਹੜਾ ਮੋਦੀ ਦੀਆਂ ਜਿਹੜੀਆਂ ਨੀਤੀਆਂ ਉਹਦੇ ਖਿਲਾਫ ਤੇ ਜਿਹੜੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ ਆ ਉਹਦੇ ਬਾਰੇ ਥੋੜਾ ਜਿਹਾ ਵੇਰਵਾ ਦਿਓ ਵੀ ਉਹ ਕੀ ਹੈ, ਕਿਉਂ ਇਹ 22 ਤਰੀਕ ਦਾ ਸੱਦਾ ਦਿੱਤਾ ਗਿਆ ਜੀ। ਅਸਲ ਚ ਮੋਦੀ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ ਉਹਨਾਂ ਨੇ ਆ ਕੇ ਇੱਕ ਪਾਸੇ ਫਿਰਕੂ ਫਾਸ਼ੀਵਾਦੀ ਏਜੰਡਾ ਲਾਗੂ ਕਰਨ ਦਾ ਯਤਨ ਕੀਤਾ, ਦੂਜੇ ਪਾਸੇ ਸਾਮਰਾਜ ਦੀਆਂ ਨਿਰਦੇਸ਼ਤ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਦਾ ਮਨ ਬਣਾਇਆ। ਇਹ ਜੀ ਜੀ ਨੀਤੀਆਂ ਇਹਦੇ ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਨੇ ਵੀ ਲਾਗੂ ਕੀਤੀਆਂ ਸਨ ਜੀ ਜੀ ਔਰ ਮੋਦੀ ਸਰਕਾਰ ਨੇ ਇਹ ਕੋਰੋਨਾ ਵਾਇਰਸ ਦੀ ਜਿਹੜੀ ਮਾਰ ਆ ਸਾਰੀ ਦੁਨੀਆ ਤੇ ਪਈ ਆ ਇਹ ਲਈ ਇੱਕ ਢੁਕਵਾਂ ਮੌਕਾ ਸਮਝਿਆ ਕਿ ਇਸ ਜੀ ਵੇਲੇ ਫਿਰ ਮਜ਼ਦੂਰ ਦੇ ਉੱਤੇ ਵੱਡਾ ਹੱਲਾ ਕੀਤਾ ਜਾ ਸਕਦਾ। ਇੱਕ ਜੀ ਜੀ ਦੂਜੇ ਪਾਸੇ ਲਗਾਤਾਰ ਹੀ ਫਿਰਕੂ ਫਾਸ਼ੀਵਾਦੀ ਏਜੰਡਾ ਵੀ ਅੱਗੇ ਲੈ ਕੇ ਤੁਰੀ ਜਾ ਰਹੇ ਆ ਤੇ ਉਹਦੇ ਨਾਲ ਜਿਹੜਾ ਜੀ ਮਜ਼ਦੂਰ ਜਮਾਤ ਆ ਉਹਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਬੋਝ ਪਾ ਕੇ ਜ਼ਿਆਦਾ ਤੋਂ ਜ਼ਿਆਦਾ ਪਾਬੰਦੀਆਂ ਲਾ ਕੇ ਉਹ ਫਿਰਕੂ ਫਾਸ਼ੀਵਾਦੀ ਨਾਲ ਨਾਲ ਕੌਮੀ ਕਾਰਪੋਰੇਸ਼ਨ ਹੈ ਉਹਨਾਂ ਦੇ ਹੱਥ ਮਜ਼ਬੂਤ ਕਰਨਾ ਚਾਹੁੰਦਾ ਜੀ ਹੈ। ਦੁਨੀਆ ਦਾ ਇੱਕ ਫਾਸ਼ੀਵਾਦੀ ਰੁਝਾਨ ਦਾ ਤਜਰਬਾ ਹੈ ਪੁਰਾਣਾ ਕਿ ਜਦੋਂ ਵੀ ਜੀ ਦੁਨੀਆਂ 'ਚ ਫਾਸ਼ੀਵਾਦੀ ਸਰਕਾਰ ਬਣੀ ਆ ਉਹਦਾ ਪਹਿਲਾ ਹਮਲਾ ਟ੍ਰੇਡ ਯੂਨੀਅਨਾਂ ਤੇ ਹੋਇਆ ਕਿਉਂਕਿ ਜੀ ਸੰਕਟ ਵਿੱਚੋਂ ਫਾਸ਼ੀਵਾਦ ਜਨਮ ਲੈਂਦਾ ਤੇ ਸੰਕਟ ਤੇ ਕਾਬੂ ਪਾਉਣ ਵਾਸਤੇ ਮਜ਼ਦੂਰ ਜਮਾਤ ਦੇ ਹੱਲੇ ਤੋਂ ਬਿਨਾਂ ਸਰਮਾਏਦਾਰੀ ਕੋਲ ਕੋਈ ਦੂਜਾ ਕੋਈ ਰਾਹ ਹੀ ਨਹੀਂ ਹੈ। ਆਪਣੇ ਉਹ ਮੁਨਾਫੇ ਕਾਇਮ ਰੱਖਣਾ ਚਾਹੁੰਦੇ ਆ, ਆਪਣੇ ਮੁਨਾਫੇ ਵਧਾਉਣਾ ਚਾਹੁੰਦੇ ਆ, ਲੇਕਿਨ ਮਜ਼ਦੂਰ ਜੀ ਜਮਾਤ ਦੀ ਜਿਹੜੀ ਉਧਰਤਾ ਆ ਉਹਨਾਂ ਨੂੰ ਵੀ ਜਾਮ ਕਰਨਾ ਚਾਹੁੰਦੇ ਆ ਤੇ ਉਹਨਾਂ ਦੀ ਲੁੱਟ ਜ਼ਿਆਦਾ ਤੇਜ਼ ਕਰਨੀ ਚਾਹੁੰਦੇ ਆ। ਜਿਹੜਾ ਮੋਦੀ ਦਾ ਫਰਮਾਨ ਹੈ ਇਹਨੂੰ ਇਸ ਨਜ਼ਰੀਏ ਉਹ ਮੌਜੂਦਾ ਹਾਲਤਾਂ ਦਾ ਲਾਹਾ ਦੇ ਕੇ ਵਧੇਰੇ ਤੋਂ ਵਧੇਰੇ ਮਜ਼ਦੂਰ ਲਹਿਰ ਨੂੰ ਕੁਚਲਣਾ ਵੀ ਚਾਹੁੰਦਾ ਤੇ ਮਜ਼ਦੂਰਾਂ ਤੇ ਭਾਰ ਵੀ ਪਾਉਣਾ ਚਾਹੁੰਦਾ ਹੈ। 22 ਬਾਈ ਤਰੀਕ ਨੂੰ ਮਈ ਨੂੰ ਜਿਹੜਾ ਟ੍ਰੇਡ ਯੂਨੀਅਨ ਨੇ ਸੱਦਾ ਦਿੱਤਾ ਆ ਉਹ ਇਹਦੇ ਜੀ ਵਿਰੋਧ ਵਿੱਚ ਦਿੱਤਾ ਆ ਵੀ ਹਿੰਦੁਸਤਾਨ ਦੇ ਮਜ਼ਦੂਰ ਇਸ ਦਿਨ ਵਿਰੋਧ ਕਰਨ ਮੋਦੀ ਦੇ ਨਾਲ ਨੀਤੀਆਂ ਦਾ। ਠੀਕ ਹੈ ਜੀ, ਧੰਨਵਾਦ ਜੀ ਬਹੁਤ ਬਹੁਤ ਤੁਹਾਡਾ। ਤੁਸੀਂ ਸੰਗਰਾਮੀ ਲਹਿਰ ਫੇਸਬੁੱਕ ਪੇਜ ਦੇ ਨਾਲ ਜੁੜੇ, ਤੁਹਾਡਾ ਧੰਨਵਾਦ ਜੀ। ਮਿਹਰਬਾਨੀ।